ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਟਰੱਕ ਨੈਸ਼ਨਲ ਹਾਈਵੇ ਤੋਂ ਸਿੱਧਾ ਨਾਲੇ ਦੇ ਵਿੱਚ ਪਲਟਿਆ ਹੈ। ਤਾਂ ਦੱਸ ਦਈਏ ਕਿ ਜਿਸ ਤੋਂ ਬਾਅਦ ਟਰੱਕ ਨਾਲੇ ਦੇ ਵਿੱਚ ਮੁੱਦਾ ਹੋ ਜਾਂਦਾ ਹੈ ਅਤੇ ਉਸਦੇ ਵਿੱਚ ਵਾਲ ਡਰਾਈਵਰ ਦੀ ਜਾਨ ਬਚੀ ਹੈ। ਤਾਂ ਦੱਸ ਦਈਏ ਕਿ ਅੰਬਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਨੈਸ਼ਨਲ ਹਾਈਵੇ ਦੇ ਉੱਤੇ ਅਚਾਨਕ ਹੀ ਟਰੱਕ ਦੇ ਅੱਗੇ ਅਵਾਰਾ ਪਸ਼ੂ ਆ ਜਾਂਦਾ ਹੈ ਅਤੇ ਟਰੱਕ ਦਾ ਚਾਲਕ ਉਸਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਦਾ ਸੰਤੁਲਨ ਖੋ ਬੈਂਦਾ ਹੈ ਅਤੇ ਸਿੱਧਾ ਹੀ ਪੁਲ ਤੋਂ ਹੇਠਾਂ ਨਾਲੇ ਦੇ ਵਿੱਚ ਇਹ ਟਰੱਕ ਡਿੱਗ ਜਾਂਦਾ ਹੈ। ਤਾਂ ਦੱਸ ਦਈਏ ਕਿ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਾਲੇ ਦੇ ਵਿੱਚ ਇੱਕ ਟਰੱਕ ਮੁੱਦਾ ਹੋਇਆ ਨਜ਼ਰ ਆ ਰਿਹਾ ਹੈ। ਕੋਰੀਅਰ ਦੇ ਸਮਾਨ ਦੇ ਨਾਲ ਭਰਿਆ ਹੋਇਆ ਇਹ ਟਰੱਕ ਦੱਸਿਆ ਜਾ ਰਿਹਾ ਜੋ ਕਿ ਗੁਰੂਗ੍ਰਾਮ ਤੋਂ ਰਵਾਨਾ ਹੋਇਆ ਸੀ ਅਤੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਜਾਣਾ ਸੀ। ਤਾਂ ਰਸਤੇ ਦੇ ਵਿੱਚ 1 ਵਜੇ ਕਿਹਾ ਜਾ ਰਿਹਾ ਕਿ ਰਾਤ ਨੂੰ ਇਹ ਭਿਆਨਕ ਹਾਦਸਾ ਵਾਪਰਿਆ। ਹਾਲਾਂਕਿ ਜਿਸ ਸਮੇਂ ਹਾਦਸਾ ਵਾਪਰਿਆ ਤਾਂ ਉਸ ਸਮੇਂ ਚਾਲਕ ਬੜੀ ਮੁਸ਼ਕਿਲ ਦੇ ਨਾਲ ਟਰੱਕ ਦੇ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਆਪਣੀ ਜਾਨ ਨੂੰ ਬਚਾਉਂਦਾ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਾਲੇ ਦੇ ਵਿੱਚ ਇੱਕ ਟਰੱਕ ਮੁੱਦਾ ਹੋਇਆ ਨਜ਼ਰ ਆ ਰਿਹਾ। ਪਰ ਗਨੀਮਤ ਰਹੀ ਹੈ ਕਿ ਇਸ ਦੇ ਵਿੱਚ ਚਾਲਕ ਦੀ ਜਾਨ ਬਚ ਗਈ ਹੈ। ਤਾਂ ਅਵਾਰਾ ਪਸ਼ੂ ਆਏ ਦਿਨ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਨੇ। ਲਗਾਤਾਰ ਕਈ ਜਾਨਾਂ ਹੁਣ ਤੱਕ ਅਵਾਰਾ ਪਸ਼ੂਆਂ ਦੇ ਕਾਰਨ ਚਲੀਆਂ ਗਈਆਂ ਨੇ। ਪਰ ਇੱਕ ਵਾਰ ਫਿਰ ਤੋਂ ਵੱਡਾ ਹਾਦਸਾ ਇਸ ਨੂੰ ਕਿਹਾ ਜਾ ਸਕਦਾ ਹੈ ਨੈਸ਼ਨਲ ਹਾਈਵੇ ਦੇ ਉੱਤੇ ਵਾਪਰਿਆ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਰਾਤ ਦਿਨ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਅਤੇ ਅਜਿਹੇ ਦੇ ਵਿੱਚ ਵੱਡਾ ਹਾਦਸਾ ਕੋਈ ਵਾਪਰ ਸਕਦਾ ਸੀ। ਪਰ ਗਨੀਮਤ ਰਹੀ ਹੈ ਕਿ ਇਸ ਦੇ ਵਿੱਚ ਚਾਲਕ ਦੀ ਜਾਨ ਬਚ ਗਈ ਹੈ। ਤਾਂ ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ। ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਟਰੱਕ ਸਿੱਧਾ ਜਾ ਕੇ ਨਾਲੇ ਦੇ ਵਿੱਚ ਪਲਟ ਗਿਆ। ये रात को 2 से 3 बजे के बीच में पड़ रहे हैं और ये गुड़गांव मनेसर से तेपला पंजाब में जा रहा था। ट्रक के अंदर कितने बंदे बैठे हुए थे? अकेला ड्राइवर ही था। तो कोई नुकसान जान माल का नुकसान नहीं? कोई नुकसान नहीं, बचा हो गया, ड्राइवर सेफ है। सर ट्रक के अंदर क्या था? कोरियर का सामान था इसमें। तो यहाँ पे कोई किसी को चोटें लगी है? कोई नहीं, किसी को कोई चोट? क्या कारण था जो ट्रक पलटा? ड्राइवर का कहने के अनुसार कोई आवारा पशु आ गया था उसके आगे, उसको बचाते हुए गाड़ी अनकंट्रोल हो गई और नीचे जा। ये अम्बाला के फ्लाईओवर के पास में मतलब ड्राइवर साइड में था सांड, उसे बचाव करने के लिए गाड़ी सीधी चली गई है सीन। ये गाड़ी कितने बजे पलटी है? वही ऐसे गई है कोई 2:30 या 3 बजे। तो ये आप कैसे निकले उसमें से? मैं तो नीचे जाके अपना शीशा खोला है, तोड़ आए, तोड़ के तब निकल के आया हूँ। तो छोटे छोटे तो नहीं? मेरे कुछ चोट नहीं है, चोट यही है जो शीशा लग गया बस थोड़ा तो सा। क्या सामान था ट्रक के अंदर में? पता नहीं है क्या कोरियर है, क्या है चीज़ है। कोरियर का सामान? हाँ, इसमें जो ना जानकारी क्या है।